ਅਸੀਂ ਉਸੇ ਥਾਂ ਤੇ ਮੌਜੂਦ ਹਾਂ। ਮਨੀ ਮਾਜਰਾ ਦੇ ਮਾਤਾ ਰਾਜ ਕੌਰ ਗਲੀ ਹੈ, ਉੱਥੇ ਮੌਜੂਦ ਹਾਂ ਤੇ ਇਹ ਕੰਸਟਰਕਸ਼ਨ ਜਿਹੜੀ ਹੈ ਚੱਲ ਰਹੀ ਸੀ, ਯਾਨੀ ਕਿ ਕਹਿ ਸਕਦੇ ਹਾਂ ਕਿ ਰੈਨੋਵੇਸ਼ਨ ਕਰਨ ਵਾਸਤੇ ਇਹ ਪੂਰਾ ਕੰਮ ਚੱਲ ਰਿਹਾ ਸੀਗਾ ਜਾਂ ਇਸ ਵੇਲੇ ਇਹ ਸਾਰਾ ਵਾਕਿਆ ਹੋਇਆ। ਕਹਿ ਸਕਦੇ ਹਾਂ ਕਿ ਰੌਂਗਟੇ ਖੜੇ ਕਰ ਦੇਣ ਵਾਲਾ ਇਹ ਵਾਕਿਆ ਜ਼ਰੂਰ ਹੈਗਾ, ਜਿਹਦੀ ਸੀਸੀਟੀਵੀ ਚ ਕੈਦ ਹੋਈ ਹੈ। ਹਾਲਾਂਕਿ ਜਿਹੜੀ ਲੇਡੀਜ਼ ਨੇ ਜਿਨ੍ਹਾਂ ਨੂੰ ਇੰਜਰੀ ਹੋਈ ਹੈ ਰਜਨੀ, ਉਨ੍ਹਾਂ ਨੂੰ PGI ਭਰਤੀ ਕਰਾਇਆ ਗਿਆ ਸੀਗਾ, ਸਰਜਰੀ ਹੋਈ ਹੈ, ਉਂਗਲੀਆਂ ਉਨ੍ਹਾਂ ਦੀ ਕੱਟੀ ਗਈ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ, ਤੇ ਉਨ੍ਹਾਂ ਦਾ ਜਿਹੜਾ ਬੇਟਾ ਹੈ 7 ਸਾਲ ਦਾ ਭਾਵਿਆ, ਉਹਨੂੰ ਸੈਕਟਰ 32 ਹਸਪੀਟਲ ਕਰਵਾਇਆ ਸੀਗਾ ਐਡਮਿਟ। ਲੇਕਿਨ ਜਿਹੜੇ ਮੁਹੱਲੇ ਵਾਲੇ ਲੋਕ ਨੇ ਉਨ੍ਹਾਂ 'ਚ ਵੀ ਰੋਸ ਜ਼ਰੂਰ ਵੇਖਣ ਨੂੰ ਮਿਲ ਰਿਹਾ ਕਿ ਲਾਪਰਵਾਹੀ ਜਿਹੜੀ ਹੈ ਉਹ ਜ਼ਰੂਰ ਵੇਖੀ ਗਈ ਹੈ, ਕਿਉਂਕਿ ਜਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ, ਜਿਸ ਤਰ੍ਹਾਂ ਲੈਂਟਰ ਗਿਰਿਆ ਔਰ ਕਾਫੀ ਇੰਜਰੀ ਹੋਈ ਹੈ, ਕਿਹਦੀ ਲਾਪਰਵਾਹੀ ਕਿਹਦੀ ਸੀਗੀ? ਇਸ ਏਰੀਆ ਨੂੰ ਪੂਰੇ ਨੂੰ ਬਲੌਕ ਕਿਉਂ ਨਹੀਂ ਕੀਤਾ ਸੀਗਾ ਜਦ ਰੈਨੋਵੇਸ਼ਨ ਚੱਲ ਰਹੀ ਸੀ ਜਾਂ ਫਿਰ ਇਸ ਤਰ੍ਹਾਂ ਦਾ ਕੋਈ ਕੰਮ ਚੱਲ ਰਿਹਾ ਸੀਗਾ? ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਪੁਲਿਸ ਨੇ ਮਾਮਲਾ ਤਾਂ ਦਰਜ ਕੀਤਾ, 2 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਠੇਕੇਦਾਰ ਚੰਦਰ ਤੇ ਇੱਕ ਉਹਨਾਂ ਦੀ ਜਿਹੜੀ ਮਕਾਨ ਮਾਲਕ ਹੈ ਉਹਨਾਂ ਦੇ ਖਿਲਾਫ, ਤੇ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ। ਸਾਰੇ ਆਪ ਲੋਕ ਯਹੀਂ ਪਰ ਹੀ ਥੇ? ਸਰ ਆਪ ਵੀ ਥੇ ਯਹਾਂ ਪਰ ਮੌਜੂਦ? ਮੈਂ ਯਹੀਂ ਪਰ ਥਾ ਜੀ। ਅੱਛਾ, ਹੁਆ ਕਿਆ ਥਾ? ਨਹੀਂ, ਮੈਂ ਪੂਰਾ ਦੇਖਾ ਜੀ ਮਲਬਾ, ਮੈਂ ਗਿਰਤਾ ਆਵਾਜ਼ ਆਈ ਹੈ, ਉਸ ਬੱਚਾ ਇੱਕ ਆਇਆ ਔਰ ਇੱਕ ਜਨਾਨੀ ਆਈ, ਜਨਾਨੀ ਕਾ ਨਾਮ ਰਜਨੀ ਥਾ, ਬੱਚੇ ਕਾ ਨਾਮ ਬਬਲੂ ਥਾ, ਬਹੁਤ ਨੀਚੇ ਆਏ, ਮਜ਼ਦੂਰ ਥਾ, ਕੋਈ ਵੀ ਜਹਾਂ ਦੇਖਣੇ ਕੇ ਲਿਏ ਨਹੀਂ ਥਾ, ਰੁਕੇ ਕਿਸੀ ਕੋ, ਯਾਨੀ ਕਿ ਕੋਈ ਲੋਕੇਸ਼ਨ ਵੀ ਨਹੀਂ ਥਾ। ਚਲੋ, ਆਪ ਭਾਈ ਹੈ ਉਨਕੇ, ਮਨੋਜ ਜੀ ਕੇ ਕਿਆ ਹੁਆ? सर जैसे भाभी रोज रूटीन में स्कूल छोड़ने जाते हैं, वो स्कूल छोड़ने जाते हैं, उनके पास ना इधर कोई बंदा खड़ा था ना उधर, जैसे वो टर्न होने लगे एकदम ही सारा ऊपर गिर गया मतलब। अच्छा, हाँ जी। तो यानी कि जब रेनोवेशन चल रहा था तो कोई आसपास कोई खड़ा कोई कोई नहीं खड़ा था कि रोकने के लिए कि 2 मिनट रुक जाओ, जैसे कोई निकल रहा था तो रोकना चाहिए था, कोई भी नहीं खड़ा था जी। ठीक है, हाँ जी, हाँ जी। मैं पड़ोसी है, मैं खड़ी थी, मेरे सामने लेंटर गिर गया मुंडे पर, योजना ने गुरुद्वारे में लंगर लेने गई थी, मेरे सामने आई, मैं कहा तेरे मकान में क्या होया, वो तो मैंने गाला कटने लगे, मेरा फूस गया, तू आई हुई तो रंडी हो बोर्ड की हो, गंदे गाला कटते फिर अमान पूछने नहीं देते खबर भी, इधर आने नहीं देते गली में। ठीक है, यानी कि पहले से ही है। दादी, तुसी दादी हो? हाँ जी। ਪਤਾ ਲੱਗਿਆ ਸੀ ਤੁਹਾਨੂੰ, ਤੁਸੀਂ ਦੇਖਿਆ ਸੀ? ਮੈਨੂੰ ਤਾਂ ਪਤਾ ਲੱਗਿਆ ਕੰਧ ਗਿਰ ਗਈ, ਮੈਂ ਕਿਹਾ ਕੋਈ ਦੀਵਾਰ ਬਣਾਈ ਨੀ, ਜਾਂ ਪਤਾ ਚੱਕ ਕੇ ਲੈ ਕੇ ਗਏ ਆ, ਤਾਂ ਦੇਖਿਆ ਉਸੇ ਨੇ ਪਤਾ ਤਾਂ ਸਾਡੀ ਮੇਰੀ ਨੂੰਹ ਦੀ ਭਤੀਜ ਨੂੰਹ ਦੀ ਔਰ ਪੁੱਤਾ ਸੀਗਾ, ਤੇ ਚੱਕ ਅਸੀਂ ਹਾਸਪਿਟਲ ਪਹੁੰਚ ਗਿਆ, ਹਾਸਪਿਟਲ ਜਾ ਕੇ ਗਏ ਆ ਤੇ ਉਹਨਾਂ ਨੇ 32 ਚ ਰੈਫਰ ਕਰਤਿਆ, ਇਹਨਾਂ ਨੂੰ PGI ਲੈ ਗਏ। ਤੇ ਉਹਨਾਂ ਦੀ ਉਂਗਲੀਆਂ ਵਗੈਰਾ ਵੀ? ਉਂਗਲੀਆਂ ਕੱਟ ਗਈਆਂ, ਅੱਜ ਆਪਰੇਸ਼ਨ ਹੋਇਆ, ਉਹਨਾਂ ਦਾ ਸਰਜਰੀ ਅੱਜ ਹੋਈ, ਸਵੇਰੇ 5 ਵਜੇ ਹੁਣੇ ਆਏ। ਤੇ ਭਾਜੀ ਬੱਚੇ ਦੀ ਹਾਲਤ ਕਿਸ ਤਰ੍ਹਾਂ ਦੀ ਹੈ, ਦਿਖਾਓਗੇ ਤੁਸੀਂ ਥੋੜਾ ਜਿਹਾ? ਕਿਉਂਕਿ ਦੇਖੋ ਲੋਕਾਂ 'ਚ ਰੋਸ ਜ਼ਰੂਰ ਹੈ, ਇਹ ਮੁੰਡੇ ਦੇ ਚਾਚਾ ਨੇ ਔਰ ਇਸੇ ਥਾਂ ਤੇ ਇਹ ਪੂਰਾ ਜਿਹੜਾ ਇਹ ਲੈਂਟਰ ਗਿਰਿਆ ਔਰ ਜਿੱਥੇ ਇਹ ਪੂਰਾ ਹਾਦਸਾ ਹੋਇਆ, ਕਹਿ ਸਕਦੇ ਰੌਂਗਟੇ ਖੜੇ ਕਰ ਦੇਣ ਵਾਲਾ ਇਹ ਪੂਰਾ ਹਾਦਸਾ ਹੈ, ਤੇ ਬੱਚੇ ਕੋਲ ਵੀ ਅਸੀਂ ਚੱਲਾਂਗੇ, ਉਹਦੀ ਛੁੱਟੀ ਕਰ ਦਿੱਤੀ ਗਈ ਸੀ, ਇਹ ਪੂਰਾ ਇੱਥੋਂ ਹੀ, ਇਹ ਪੂਰੀ ਉਸੇ ਥਾਂ ਤੇ, ਇਹ ਪੂਰਾ ਇਧਰ, ਇਹ ਪੂਰਾ ਇਧਰ ਹੀ ਇਸੇ ਥਾਂ ਤੇ, ਇਹ ਪੂਰਾ ਜਿੱਦਾਂ ਇਹ ਲੇਡੀ ਲੈ ਕੇ ਜਾ ਰਹੀ ਸੀ, ਇਹ ਅਚਾਨਕ ਜਿਹੜਾ ਹੈਗਾ ਇਹ ਸਾਰਾ ਇੱਥੇ ਹੀ ਡਿੱਗ ਪਿਆ, ਇਹ ਪੂਰੀ ਮੌਕੇ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ। ਤੇ ਹਾਲਾਂਕਿ ਰਜਨੀ ਦਾ ਆਪਰੇਸ਼ਨ ਹੋਇਆ, ਰਜਨੀ ਦਾ ਆਪਰੇਸ਼ਨ ਕਰਕੇ ਇਹੀ ਗਲੀ ਹੈ ਜਿੱਥੇ ਇਹ ਪੂਰਾ ਚੱਲ ਰਿਹਾ ਸੀਗਾ, ਤੇ ਕਿਸੇ ਨਾ ਕਿਤੇ ਕਾਫੀ ਜਿਹੜਾ ਹੈਗਾ ਰੌਂਗਟੇ ਖੜੇ ਕਰ ਦੇਣ ਵਾਲਾ ਇਹ ਗਲੀ ਹੈ ਸਰਬਜੋਤ, ਤੇ ਬੱਚੇ ਨੂੰ ਵੀ ਕਾਫੀ ਸੱਟਾ ਵੱਜੀ ਹੈ, ਜਿਹੜਾ ਬੱਚਾ ਐਡਮਿਟ ਸੀਗਾ ਹਾਸਪਿਟਲ ਉਹਦੀ ਛੁੱਟੀ ਕਰ ਦਿੱਤੀ ਗਈ ਹੈ। ਹਾਂਜੀ ਸਰ, ਛੁੱਟੀ ਕਰ ਦਿੱਤੀ ਹੈ, ਬਟ ਉਹਦੇ ਪਿੱਠ ਦੇ ਵਾਲੇ ਫ੍ਰੈਕਚਰ ਆਏਗਾ, ਉਹ ਤੋਂ ਨਾ ਬੈਠਾ ਜਾਂਦਾ। ਅੱਛਾ, ਤੇ ਨਾ ਉਹ ਖੜਾ ਹੋ ਪਾ ਰਿਹਾ, ਉਹਦਾ ਹੱਥ ਨਹੀਂ ਲੱਗ ਰਿਹਾ ਬਿਲਕੁਲ ਹੀ ਪਿੱਠ ਤੇ। ਅੱਛਾ, ਹਾਂਜੀ, ਕੱਲ ਮੈਂ ਡਾਕਟਰਾਂ ਨੂੰ 10 ਵਾਰ ਪੁੱਛਿਆ ਜੀ, ਤੁਸੀਂ ਇੱਕ ਡਾਕਟਰ ਕਹਿ ਰਹੇ ਛੁੱਟੀ ਕਰ ਦੋ, ਇੱਕ ਡਾਕਟਰ ਕਹਿ ਰਿਹਾ ਕਿ ਵੱਡੇ ਸੀਨੀਅਰ ਆਏਗੇ ਉਹ ਦੇਖਣਗੇ, ਬਟ ਉਹ ਕਹਿੰਦੇ ਕਿ ਛੋਟਾ ਬੱਚਾ ਹੈ ਕਿ ਤਰ੍ਹਾਂ ਤਰ੍ਹਾਂ ਦੇ ਬੱਚਾ ਕਿੱਥੇ ਹੈ ਕਿੰਨੇ ਸਾਹਮਣੇ ਹੈ ਜੀ, ਸਾਹਮਣੇ ਵਾਲਾ ਘਰ ਹੈ। ਹਾਂਜੀ, ਤੇ ਇਹ ਪੂਰੀ ਗਲੀ ਹੈ ਸਰਬਜੋਤ, ਤੁਸੀਂ ਦੇਖੋ ਤਸਵੀਰਾਂ, ਤੇ ਬੱਚੇ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਕਿਉਂਕਿ ਇੱਥੇ ਹੀ ਹੈ ਉਹਦੀ ਛੁੱਟੀ ਹੋ ਗਈ ਸੀ। ਇਹ ਪੂਰੀ ਗਲੀ ਹੈ ਮਨੀ ਮਾਜਰਾ ਦੇ ਮਾਤਾ ਰਾਜ ਕੌਰ ਗਲੀ ਹੈ ਇਹ, ਜਿੱਥੇ ਇਹ ਪੂਰਾ ਵਾਕਿਆ ਹੋਇਆ। ਲੋਕਾਂ 'ਚ ਕਾਫੀ ਰੋਸ ਹੈ, ਲੋਕਾਂ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ, ਤੇ ਕਹਿ ਸਕਦੇ ਹਾਂ ਕਿ ਦੇਖੋ ਇਹਦੇ 'ਚ ਵੀ ਹੁਣ ਤੱਕ ਦੀ ਦੱਸਿਆ ਜਾ ਰਿਹਾ ਕਿ ਪਹਿਲਾਂ ਬੱਚੇ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਕਿਉਂਕਿ ਛੋਟਾ ਬੱਚਾ ਜਿਹੜਾ ਉਹਨੂੰ ਵੀ ਐਡਮਿਟ ਕਰਾਇਆ ਗਿਆ ਸੀਗਾ, ਉਹਦੀ ਛੁੱਟੀ ਕਰ ਦਿੱਤੀ ਗਈ ਹੈ, ਲੇਕਿਨ ਹੁਣ ਉਹਦੀ ਹਾਲਤ ਜਿਹੜੀ ਹੈ ਉਹਨੂੰ ਸੁਣ ਦੋ। ਤਾਂ ਇਹ ਬੱਚਾ ਹੈ ਜਿਹਦੇ ਤੇ ਲੈਂਟਰ ਵੱਜਿਆ ਸੀ, ਭਾਵਿਆ 7 ਸਾਲ ਦਾ, ਜਿਹਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ। ਭਾਜੀ ਇਹਨੂੰ ਕਿੱਥੇ ਕਿੱਥੇ ਸੱਟਾ ਵੱਜੀ? ਇੱਕ ਤਾਂ ਇਹਦੇ ਅੱਖ ਤੇ ਵੱਜੀ, ਦੇਖੋ ਆ ਦੇਖੋ, ਠੀਕ ਹੈ, ਇੱਕ ਨੱਕ ਤੇ, ਇੱਕ ਰੀੜ ਦੀ ਹੱਡੀ 'ਚ ਪ੍ਰੋਬਲਮ ਹੈ, ਇੱਕ ਫ੍ਰੈਕਚਰ ਹੈ ਇਹਦੇ ਬਾਅਦ 'ਚ, ਉਹ ਕੱਲ ਬੁਲਾਇਆ ਬੱਤੀ 'ਚ। ਅੱਛਾ, ਯਾਨੀ ਕਿ ਪਿੱਠ ਤੇ ਇੱਕ ਫ੍ਰੈਕਚਰ, ਹਾਂ, ਰੀੜ ਦੀ ਹੱਡੀ ਸਿੱਧਾ ਨਹੀਂ ਹੋ ਪਾਉਂਦਾ ਇਹ। ਭਾਜੀ ਇੱਕ ਹੋਰ ਛੱਤ ਤੋਂ ਵੀ ਇੱਕ ਬੱਚਾ ਗਿਰਿਆ ਸੀਗਾ, ਉਹ ਮਿਸਤਰੀ ਸੀ, ਮਿਸਤਰੀ ਗਿਰਿਆ ਸੀ, ਉਹਦਾ ਵੀ ਅੰਗੂਠਾ ਟੁੱਟਿਆ ਹੋਇਆ, ਉਹ ਸਕੇਤ ਐਡਮਿਟ ਹੈ।
ਉਹ ਸਕੇਤ ਹੈ, ਉਹ ਉੱਪਰ ਕੰਮ ਕਰ ਰਿਹਾ ਸੀ, ਉਹ ਮਿਸਤਰੀ ਹੈ, ਉਹ ਯੈਲੋ, ਹਾਂਜੀ 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 ਯੈਲੋ ਵਾਲਾ, ਅੱਛਾ ਉਹ ਮਿਸਤਰੀ ਸੀਗਾ ਸਰਬਜੋਤ, ਉਹ ਮਿਸਤਰੀ ਸੀ। ਇਹਦੇ ਵਿੱਚ ਆਪਾਂ ਕਰੈਕਸ਼ਨ ਕਰ ਦਈਏ ਤਾਂ ਇੱਕ ਹੀ ਬੱਚਾ ਜਿਹਨੂੰ ਸੱਟ ਲੱਗੀ ਸੀ ਆਪਣੀ ਮਦਰ ਦੇ ਨਾਲ, ਤੇ ਭਾਜੀ ਹੋਰ ਕਿੱਥੇ ਕਿਤੇ 32 ਹਸਪੀਟਲ ਐਡਮਿਟ ਕਰਾਇਆ, ਇਹਨੂੰ 32 ਕਰਾਇਆ ਸੀਗਾ, ਤੇ ਮੇਰੇ ਚਾਚੀ ਜੀ ਨੂੰ PGI ਕਰਾਇਆ ਹੋਇਆ, ਉਹਨਾਂ ਦੀ ਕੱਲ ਸਰਜਰੀ ਹੋ ਗਈ, ਉਹਨਾਂ ਦੀ ਉਂਗਲੀਆਂ ਪਹਿਲਾਂ ਕਹਿ ਰਹੇ ਸੀ ਕਿ ਲੱਗ ਜਾਏਗੀ, ਬਟ ਹੁਣ ਡਾਕਟਰ ਨੇ ਜਵਾਬ ਦੇ ਦਿਆ ਤੇ ਉਹ ਕਹਿੰਦੇ ਨਹੀਂ ਲੱਗਣਗੀ, ਹੁਣ ਯਾਨੀ ਉਂਗਲੀਆਂ ਹੁਣ ਪੂਰੀ ਤਰ੍ਹਾਂ ਲੱਗ ਗਏ। ਅੱਛਾ, ਹੋਰ ਕਿਤੇ ਕਿਤੇ ਸੱਟਾਂ ਵੱਜੀ ਉਹਨਾਂ ਦੇ? ਉਹਨਾਂ ਦੇ ਉੱਪਰ ਇਹੀ ਹੈ ਮੇਜਰ, ਇਹੀ ਬਸ, ਇਹ ਉਂਗਲੀਆਂ ਕੱਟ ਗਈ ਸੀਗੀ, ਇਹ ਬਲੱਡ ਬਲੁੱਡ ਥੋੜਾ ਹਲਕੀ ਹਲਕੀ ਲੱਗੀ ਹੈ, ਬਟ ਇਹ ਜ਼ਿਆਦਾ ਸੀਗੀ, ਬਟ ਹੁਣ ਡਾਕਟਰ ਨੇ ਜਵਾਬ ਦੇ ਦਿੱਤਾ। ਠੀਕ ਹੈ, ਤੇ ਇਹ ਆ ਕਿੱਥੋਂ ਰਹੇ ਸੀ? ਸਕੂਲ ਤੋਂ ਲੈ ਕੇ ਆ ਰਹੇ? ਸਕੂਲ ਲੈ ਕੇ ਛੱਡਣ ਜਾ ਰਹੇ ਸੀ ਜੀ। ਅੱਛਾ, ਛੱਡਣ ਜਾ ਰਹੇ? ਹਾਂਜੀ। ਕਿੰਨੇ ਵਜੇ ਦਾ ਹੋਣਾ ਇਹ ਟਾਈਮਿੰਗ? 1:30 ਵਜੇ ਦਾ ਸਮਾਂ ਹੋਣਾ। ਠੀਕ ਹੈ, ਤਾਂ ਉਸ ਵੇਲੇ ਜਦ ਇਹ ਰੈਨੋਵੇਸ਼ਨ ਚੱਲ ਰਹੀ ਸੀ, ਇਹਨਾਂ ਨੇ ਕੋਈ ਬਾਉਂਡਰੀ ਨਹੀਂ ਕੀਤੀ ਹੋਈ ਸੀ? ਕੋਈ ਬਾਉਂਡਰੀ ਨਹੀਂ ਕੀਤੀ, ਨਾ ਇਹਨਾਂ ਕੋਲ ਕੋਈ ਪਰਮਿਸ਼ਨ ਹੈ ਤੋੜ ਕੇ ਬਣਾਉਣ ਦੀ, ਨਾ ਕੋਈ ਨਕਸ਼ਾ ਪਾਸ ਕੁਛ ਹੀ ਪਾਸ ਨਹੀਂ ਹੈ, ਤਾਂ ਇਹਨਾਂ ਨੇ ਕੋਈ ਬਾਉਂਡਰੀ ਬਿਲਕੁਲ ਵੀ ਨਹੀਂ ਕਰੀ। ਇਹਨੂੰ 3 ਦਿਨਾਂ ਤੋਂ ਕਹਿ ਰਹੇ ਵੀ ਤੁਸੀਂ ਦੇਖ ਕੇ ਤੋੜੋ, ਦੇਖ ਕੇ ਤੋੜੋ, ਕਿਉਂਕਿ ਗਲੀ ਚ ਬੱਚੇ ਬਥੇਰੇ ਲੰਘਦੇ ਆ, ਕਿਸੇ ਕੇ ਉੱਪਰ ਵੀ ਗਿਰ ਸਕਦਾ ਸੀ। ਤੇ ਜਿੱਦਾਂ ਗਲੀ ਵਾਲੇ ਸਾਰੇ ਮੁਹੱਲੇ ਵਾਲੇ ਇਕੱਠ ਹੋਏ ਆ, ਤਾਂ ਇਹਨਾਂ ਦੇ ਨਾਲ ਕਿਸੇ ਦੀ ਕਰਦੇ ਨੀ, ਕੋਪਰੇਟ ਕਰਦੇ ਨੀ ਮੁਹੱਲੇ ਵਾਲਿਆਂ ਦੇ? ਨਹੀਂ, ਸਾਡੇ 8 ਘਰ ਹੈ, 8 ਘਰ, ਜੇ ਅਸੀਂ ਉਹ 8 ਘਰਾਂ ਦੇ ਵਿੱਚ ਇਹਨੂੰ ਨਹੀਂ ਬੁਲਾਉਂਦੇ ਕੋਈ ਵੀ, ਜੇ ਕੋਈ ਇਹਨੂੰ ਬੁਲਾਊਗਾ ਤਾਂ ਉਹਦੇ ਬਾਇਕਾਟ, ਕਿਉਂਕਿ ਉਹ ਲੜਾਈ ਝਗੜਾ ਕੀਤਾ ਸੀਗਾ ਇਸ ਲੇਡੀਜ ਨੇ, ਤਾਂ ਸਾਰੇ ਮੁਹੱਲੇ ਵਾਲਿਆਂ ਨੇ ਸਾਈਨ ਕਰਕੇ ਦਿੱਤੇ ਸੀਗੇ ਵੀ ਅਸੀਂ ਬਹੁਤ ਪਰੇਸ਼ਾਨ ਹੈ, ਵੀ ਅਸੀਂ ਥਾਣਿਆਂ ਦੀ ਸ਼ਕਲ ਨਹੀਂ ਦੇਖ ਸਕਦੇ ਇਸ ਜਨਾਨੀ ਦੀ ਵਜ੍ਹਾ ਤੇ, ਪਲੀਜ਼ ਹੱਥ ਜੋੜ ਕੇ ਬੇਨਤੀ ਹੈ SHO ਸਾਹਿਬ ਨੂੰ ਵੀ ਕਾਰਵਾਈ ਕੀਤੀ ਜਾਵੇ। ਫਿਰ ਇਹਦੇ ਉੱਪਰ ਕਾਰਵਾਈ ਕੀਤੀ ਸੀ ਵੀ ਇਹਨੇ ਮਾਫ਼ੀ ਮੰਗ ਲਈ ਸੀ ਵੀ ਅੱਤੇ ਬਾਅਦ ਅਸੀਂ। ਤੇ ਸਰਬਜੋਤ, ਬਿਲਕੁਲ ਮੁਹੱਲੇ ਵਾਲੇ ਨਾਲ ਵੀ ਜਿਹੜਾ ਜਿਨ੍ਹਾਂ ਦੇ ਘਰ ਰੈਨੋਵੇਸ਼ਨ ਚੱਲ ਰਹੀ ਸੀ ਉਹਨਾਂ ਦੀ ਨਹੀਂ ਬਣਦੀ, ਲੇਕਿਨ ਬੜੀ ਕਹਿ ਸਕਦੇ ਰੌਂਗਟੇ ਖੜੇ ਕਰ ਦੇਣ ਵਾਲੀ ਜਿਹੜੀ CCTV ਫੁਟੇਜ ਆਈ ਹੈ, ਬੱਚੇ ਨੂੰ ਕਾਫੀ ਫ੍ਰੈਕਚਰ ਹੈ, ਜਿੱਦਾਂ ਇਹਦੇ ਬੈਕ ਤੇ ਫ੍ਰੈਕਚਰ ਹੈ, ਇਹਦੇ ਪੈਰ ਤੇ ਫ੍ਰੈਕਚਰ ਹੈ, ਤੇ ਇਹਦੇ ਸਰ ਤੇ ਹੈਡ ਤੇ ਵੀ ਇੰਜਰੀ ਹੈ, ਇਹਦੇ ਨੋਜ ਤੇ ਵੀ ਇੰਜਰੀ ਹੈ। ਤਾਂ ਕਹਿ ਸਕਦੇ ਹਾਂ ਕਿ ਰੌਂਗਟੇ ਖੜੇ ਕਰ ਦੇਣ ਵਾਲੀ ਤੁਸੀਂ CCTV ਤਾਂ ਦੇਖ ਹੀ ਲਿਓ ਹੋਣੀ, ਲੇਕਿਨ ਇਹਦੇ ਵਿੱਚ ਕਈ ਚੀਜ਼ਾਂ ਨੇ। ਲਾਪਰਵਾਹੀ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਦੀ ਹੈ ਲਾਪਰਵਾਹੀ। ਪਹਿਲੀ ਲਾਪਰਵਾਹੀ ਇਹ ਹੈ ਕਿ ਤੁਸੀਂ ਪਰਮਿਸ਼ਨ ਨਹੀਂ ਲਿੱਤੀ। ਜੇਕਰ ਤੁਹਾਡੇ ਕੋਲ ਪਰਮਿਸ਼ਨ ਸੀਗੀ ਤਾਂ ਤੁਸੀਂ ਉਸ ਪੂਰੇ ਏਰੀਏ ਨੂੰ ਰਾਊਂਡ ਕਿਉਂ ਨਹੀਂ ਕੀਤਾ, ਕਿਉਂਕਿ ਉਹ ਤਾਂ ਚਲਦਾ ਫਿਰਦਾ ਰੋਡ ਹੈ। ਜੇਕਰ ਤੁਸੀਂ ਰੈਨੋਵੇਟ ਕਰਨੀ ਹੈ ਜਾਂ ਫਿਰ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਕਰਨੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਰਮਿਸ਼ਨ ਦੇ ਨਾਲ ਨਾਲ ਪੂਰਾ ਏਰੀਆ ਵੀ ਜਿਹੜਾ ਹੈਗਾ ਉਹ ਕਰਨਾ ਪੈਂਦਾ ਹੈ। ਇਹ ਪੂਰੀ ਗਲੀ ਹੈ ਜਿੱਥੇ ਇਹ ਪੂਰਾ ਅੱਗੇ ਜਾ ਕੇ ਇਹ ਪੂਰਾ ਜਿਹੜਾ ਰੈਨੋਵੇਟ ਕਰਦੇ ਹੋਏ ਮਲਬਾ ਗਿਰਾ, ਔਰ ਇੰਨਾ ਵੱਡਾ ਹਾਦਸਾ ਹੋਇਆ। ਜਿਹੜੀ ਰਜਨੀ ਹੈ ਉਹਨਾਂ ਦੀ ਪੂਰੀ ਉਂਗਲੀਆਂ ਜਿੱਦਾਂ ਇਹਨਾਂ ਨੇ ਦੱਸਿਆ ਤੇ ਉਂਗਲੀਆਂ, ਭਾਜੀ ਹੋਰ ਡਾਕਟਰ ਨੇ ਕੀ ਦੱਸਿਆ ਉਹਨਾਂ ਦੇ ਉਂਗਲੀ ਬਾਰੇ? ਉਹਨਾਂ ਨੇ ਬਸ, ਮੈਂ ਉਹਨਾਂ ਨੂੰ ਪੁੱਛਿਆ ਸੀਗਾ ਪਰਸੋਂ ਰਾਤ ਨੂੰ ਡਾਕਟਰ ਸਾਹਿਬ ਨੂੰ ਕਿ ਵੀ ਇਹਨਾਂ ਦੀ ਇੱਕ ਉਂਗਲੀ ਦੇ ਵਿੱਚ, ਉਹ ਕਹਿੰਦਾ ਇੱਕ ਉਂਗਲੀ ਦੇ ਵਿੱਚ ਤਾਂ ਨਾ ਇਹਨਾਂ ਦੇ ਜ਼ਿਆਦਾ ਹੈ, ਇਹ ਤਾਂ ਲੱਗ ਹੀ ਨਹੀਂ ਸਕਦੀ। ਦੂਜੀ ਉਂਗਲੀ 'ਚ ਅਸੀਂ ਥੋੜ੍ਹੀ ਜਿਹੀ ਨਾ ਚਮੜੀ ਲਾ ਕੇ ਸੈਟਿੰਗ ਕਰਨ ਦੀ ਕੋਸ਼ਿਸ਼ ਕਰਾਂਗੇ, ਬਟ ਉਹ ਵੀ ਡਾਕਟਰ ਨੇ ਫਿਰ ਜਵਾਬ ਦੇ ਦਿਆ, ਕਿਉਂਕਿ ਫਿਰ ਅਸੀਂ ਉਂਗਲੀਆਂ ਇੱਥੇ ਗਿਰ ਗਈ ਸੀਗੀਆਂ, ਅਸੀਂ ਚੱਕ ਕੇ ਲੈ ਕੇ ਗਏ ਸੀਗੇ ਉਂਗਲੀ ਪੂਰੀ, ਹਾਂ ਬਿਲਕੁਲ ਟੁੱਟ ਕੇ ਉਰੇ ਗਿਰੀ ਸੀ, ਫਿਰ ਲੈ ਕੇ ਗਏ ਤੇ ਲੱਗ ਤੇ। ਅੱਛਾ, ਪੂਰੀ ਉਂਗਲੀ? ਹਾਂ, ਉਹ ਫਿਰ ਉਹ ਨਾ ਮੈਂ ਉਹਨਾਂ ਨੂੰ ਪੁੱਛਿਆ ਸੀਗਾ, ਉਹ ਕਹਿੰਦੇ ਵੀ ਇਹਦੀ ਨਾ 2 ਨਸਾਂ ਹੁੰਦੀ, ਡਾਕਟਰ ਸਾਹਿਬ ਕਹਿੰਦੇ ਇਹ 2 ਨਸਾਂ ਹੁੰਦੀਆਂ, ਠੀਕ ਹੈ, ਇਹ ਬਿਲਕੁਲ ਡੈਮੇਜ ਹੋ ਗਈ। ਅਸੀਂ ਇੱਕ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਅਸੀਂ ਚਾਕੂ ਲਿਆ ਐਵੇਂ ਕੱਟ ਦੀ, ਅਸੀਂ ਉਹਨੂੰ ਜੋੜ ਸਕਦੇ ਹਾਂ, ਪਰ ਇੱਕ ਚੀਜ਼ ਮਲਬਾ ਉੱਪਰ ਦੇ ਵੱਜਿਆ, ਇਹ ਦੇਖੋ, ਇਹ ਦੇਖ ਰਹੇ ਤੁਸੀਂ, ਇਹ ਦੇਖ ਰਹੇ, ਇਹ ਸਾਰਾ ਇੱਥੋਂ ਹੀ ਗਿਰਿਆ, ਇਹ ਦੇਖੋ ਇੱਥੇ ਤੋਂ ਗਿਰਿਆ, ਇਹ ਦੇਖੋ ਕਿੰਨੀ ਤਰੇੜਾ ਹੈ, ਇਹ ਘੱਟਦੇ ਘੱਟ ਵੀਰ ਜੀ ਹੋ ਗਏ ਨਾ 60 ਸਾਲ ਦੇ ਨੂੰ, ਤੁਸੀਂ ਜਿਆਦਾ ਹੋ ਗਏ, ਕੀ ਹੈ ਦੇਖੋ ਕਿੰਨਾ ਕੰਟੀਲੀਵਰ ਬਾਹਰ, ਆਹ ਦੇਖ ਰਹੇ ਤੁਸੀਂ, ਦੇਖ ਰਹੇ ਨਾ ਸਰ, ਇਹ ਕਦੀ ਵੀ ਗਿਰ ਸਕਦਾ, ਉਹ ਦੇਖੋ ਸਾਹਮਣੇ ਇਹਦਾ ਹੀ ਮਕਾਨ ਹੈ, ਉਹ ਦੇਖੋ ਸਾਹਮਣੇ, ਤੁਸੀਂ ਜਾ ਕੇ ਇੱਥੇ ਤਰੇੜਾ ਦੇਖਿਓ, ਕੋਈ ਹੈ ਹੀ ਨੀ, ਇਹ ਪੂਰਾ ਇਹ ਪਹਿਲਾਂ ਤੋਂ ਹੀ ਸਾਰਾ ਕੰਸਟਰਕਸ਼ਨ ਵਗੈਰਾ ਕਿੰਨੇ ਦਿਨ ਹੋ ਗਏ? ਇਹਨੂੰ ਥੋੜੇ ਦਿਨ ਹੋ ਗਏ ਨਾ, ਗੇਰੀ ਜਾ ਰਹੀ ਸੀ, ਤਾਰਾਂ ਟੁੱਟ ਰਹੀਆਂ ਕਦੀ ਕੁਛ, ਗਲੀ ਵਾਲੇ ਚਿਕ ਚਿਕ, ਜੇ ਗਲੀ ਵਾਲੇ ਨੇ ਹੁਣ ਅਸੀਂ, ਕਿਉਂਕਿ ਨਾ ਇਹ ਵਾਲਾ ਪਲੋਟ ਨਾ ਸਾਡਾ ਹੈ, ਅਸੀਂ ਇਹਨੂੰ ਕਿਹਾ ਸੀਗਾ ਵੀ ਥੋੜਾ ਜਿਹਾ ਧਿਆਨ ਨਾਲ ਕਰੋ ਵੀ ਸਾਡੇ ਵੀ ਬਾਈਕਾਂ ਖੜਦੀਆਂ, ਕਰ ਦਾਂਗੇ ਗਾਲਾਂ, ਠੀਕ ਹੈ। ਕਈ ਚੀਜ਼ਾਂ ਨੇ ਇਹਦੇ ਵਿੱਚ, ਔਰ ਇਹ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਲਾਪਰਵਾਹੀ ਵੀ ਹੋ ਸਕਦੀ ਹੈ, ਔਰ ਜਿਹੜੇ ਲੋਕ ਨੇ ਮੁਹੱਲੇ ਵਾਲੇ ਨੇ ਉਹ ਵੀ ਇਹਦੇ ਇਕੱਠ ਹੋਏ ਹੈ, ਉਹਨਾਂ 'ਚ ਵੀ ਰੋਜ਼ ਜ਼ਰੂਰ ਵੇਖਣ ਨੂੰ ਮਿਲ ਰਿਹਾ, ਕਿਉਂਕਿ ਇੰਨਾ ਵੱਡਾ ਹਾਦਸਾ ਹੋਇਆ ਜਿਨ੍ਹਾਂ ਰਜਨੀ ਜਿਹੜੇ ਹਸਪੀਟਲ ਐਡਮਿਟ ਹੈ ਉਹਨਾਂ ਦੀ ਪੂਰੀ ਉਂਗਲੀਆਂ ਜੀ। ਇਹ ਉਹਨਾਂ ਦੇ ਚਾਚਾ ਜੀ ਨੇ, ਪੁਲਿਸ ਮੌਕੇ ਤੇ ਪਹੁੰਚ ਗਈ ਸੀ? ਨਹੀਂ ਸਰ, ਪੁਲਿਸ ਮੌਕੇ ਤੇ ਨਹੀਂ ਆਈ, ਕਾਫੀ ਥੋੜੀ ਦੇਰ ਬਾਅਦ ਆਈ ਹੈ। ਤੇ ਮਾਮਲਾ ਕਿਹੜੀ ਧਾਰਾਵਾਂ ਦੇ ਤਹਿਤ ਕੀਤਾ ਗਿਆ ਪਤਾ ਤੁਹਾਨੂੰ ਕੁਝ? ਨਹੀਂ, 374 ਹੈ, ਮੈਨੇ ਨਿਊਜ਼ 'ਚ ਪੜਿਆ ਸੀਗਾ, ਬਟ ਸਰ ਬਹੁਤ ਕੋਈ ਇਹਦੇ 'ਚ ਅਰੈਸਟ ਹੋਏ ਹੈ? ਅਰੈਸਟ ਕੱਲ ਲੈ ਕੇ ਗਏ ਸੀਗੇ, 1/2 ਘੰਟੇ ਬਾਅਦ ਫੇਰ ਐਕਟਿਵਾ ਤੇ ਇਧਰ ਉਧਰ ਘੁੰਮ ਰਹੀ ਹੈ, ਘੁਮਾ ਰਹੇ ਉਹਨਾਂ ਨੂੰ, ਉਹਨਾਂ ਨੇ ਕੋਈ ਸੁਣਵਾਈ ਕਰੀ ਹੈਗੀ ਕਿਸੇ ਦੀ ਵੀ? ਪੁਲਿਸ ਵਾਲੇ ਨਹੀਂ ਛੁੜਿਆ ਸਾਡੇ ਕਿਸੇ? ਉਹਦੇ ਕਹਿ ਰਹੇ ਸੀ ਕਿ 2 ਬੰਦਿਆਂ ਦੇ ਖਿਲਾਫ਼ ਮਾਮਲਾ ਦਰਜ ਹੋ ਗਿਆ। ਕੋਈ ਨੀ, ਸਾਨੂੰ ਕੋਈ ਨੀ ਅੰਦਰ ਮਿਲਿਆ ਹੈਗਾ, ਉਰੇ ਫਿਰ
तो क्या होया, डेढ़ बज गया, मेरा बच्चा 9 साल का, स्कूल ते आना था, मैं खाना बनाने चली गई, वहां ठेकेदार खड़ा, यहां लड़की 16 साल की लड़की, मैं दिहाड़ी पर आई भी सकेतड़ी थे, मैं मकान शुरू कर रही थी, अचानक वो कह भी रहा भी रुक जो, ऐसे कर रहा था भी, उसको भी कह रहा तू बार बार आ रही है, तू बार बार जा रही है, एक जनी को होर कह रहा था, तो सर क्या होया, तो वो जनानी जल्दी जल्दी के मारी, ऐसे होके ऐसे लखने लगी थी, तो अचानक ही लैंटर गिर गया, ठीक है ना सर, मेरा सारे मोहल्ले वाले तुहाडे खिलाफ है, कहंदे कि किसी भी तरह दी कोई लापरवाही बहुत ज्यादा है, लेडी दी उंगलियां कट गई, हां जी लेडी की उंगलियां कट गई, हां जी मनु बहुत दुख है, वो भी मेरी है बहन, वो भी मेरा बच्चा है, मनु बहुत तकलीफ है, मैं इतनी रोई सर जी, नहीं तुम्हारे बिल्डिंग में 10 बंदे रह रहे हैं जहां मैं किराए पे रह रही, मैं बहुत रोई, मनु बहुत दुख होया, मैंने ये कहा कि मेरा मकान बिक जो, अगर मेरा मकान रुक जो, उन बच्चों की जान बचनी चाहिए, जो पैसा लगेगा अगर मैं दूंगी, हां जी थोड़ी गलबात नहीं हुई मोहल्ले वाले दे नाल, लेकिन उन्होंने इल्जाम ला रहे हैं, देखो मोहल्ले मेरे मोहल्ले वाले मेरे पर इल्जाम ला रहे हैं, कोई बात नहीं जी, लाभ जान दे, मेरा कोई नहीं तला धरती ऊपर, रब बच्चा मेरा मर गया, आदमी का मेरा तलाक होगा, वो जनानियां मनु इल्जाम ला रही है, तो वो सतगुरु महाराज मेरा मनु किसी से कुछ भी नहीं लेना, मैं अपने भगवान नु, अपने सतगुरु नु, अपने राधे राधे कृष्ण जी नु मान दी, कृष्ण जी मेरे मां शक्ति होगी, मेरे गुरु मां, जिसमें मैं राधे राधे मंडली मां, जिसमें मैं सत्संग में जानती हूँ, और राधे राधे आला होगा, मेरा होगा तो मेरा साथ देगा, अगर मोहल्ले सुनो मेरी गल सुनो, ये जी परमिशन तुसी लीती सी बनाने दी, हां जी सुन ले जी, क्या बात हो गया, परमिशन की वो बात है जी, ठेकेदार नु मैं ठेका दिया बात है जी, मेरी कोई जिम्मेवारी ठेकेदार नु पूछो, परमिशन तो तुहानू लेनी पैंदी ना, जेडे मालिक हुंदे, मैं दसा जी परमिशन का क्या होया जी, आपां गए थे 2-3 बारी बंदा नहीं मिलिया, हां जी हां जी मिलिया नहीं जी, उत्थे हुण जेडी लापरवाही हुई है वो तुसी मानदे हो, क्योंकि जी हाँ गलती, देखो जी वो गलती हुई है हमारे पास, मैं उधर भी बंदा खड़ा उधर भी कुड़ी, मेरा 9 साल का बेटा स्कूल ते आना था, तो मैं रोटी बनाने चली गई, मैं 5 मिनट नहीं मनु होए गई नो, इतनी देर में बस गल हो गई, तुहाडे मोहल्ले वाले क्यों खिलाफ है, तुहाडे नाल बनदी नहीं, मेरे खिलाफ नहीं हुआ जी, मैं बनदी क्यों नहीं जी, मैं मुंह पर गल कहदा जी, मैं झूठी बात की चोरी नहीं करदी जी, मैं मुंह पर गल कहने वाली कौड़ा लगो सच्चा लगो, पता नहीं जी, मैं मेरी बात सुन, मैं झूठी हाँ, मैं बदमाश हाँ, मैं लुची हाँ, ने सारे सच्चे हैं मोहल्ले वाले जी, यो भी सच्ची है, यो भी सच्ची होगी, सारे चलो हुन जेड़ी चीजा हुई है, क्या चाह भी मैं सुनो जी, महल्ले एक चुप हो जा सुन, महल्ले वाले क्या कहना, जहां मैं अपने बच्चे की लाश पा के कट के चार टोटे करके रख दे जी, महल्ले वाले जो सोचा इस गल नु, खुश है बोलो, नहीं खुश है तुसी महल्ले वाले खुश है, जब बच्चे का मैं, मेरा जी मेरी बात सुन, मेरा 40 साल की उम्र में बच्चा होया, मेरे बच्चे की डेथ होगी 20 साल की, हाँ तुसी तो मौके दी सी तुसी चक्के लाए, गुरुद्वारे से मैं लेके गया चक्के, उरे कोई नहीं खड़ा था, वहां भैया जरूर खड़ा था, बच्चे असी कड्डे आ, मैं कट के ल्याई आ बच्चे, सुन रहे हो कह रहे इधर ते नहीं इधर ते तोड़, मेरे पास प्रूफ है, ठेकेदार ने चक्के बच्चा, मेरे पास प्रूफ है, वीडियो देखो, चक्के तो मैं लेके गया, चक्के क्या गए कोल, तो इन्होंने पूछा नहीं है, बच्चे सट लगी है क्या होया, नहीं पूछा इन्होंने, असि खुद सबूत इस चीज दे खड़े आ, असि खड़े आ, हाँ जी बोलो, पूछा नहीं, वो कहते ऐसी मौके पे, मैं कहती जी, मैं कह रही जी, मैं 5 मिनट होए जी, मेरी वहां रोटी थी जी, मैं खाई नहीं, मैं पुआ के डोलू भी मुंडा ले गया कैमरे में, पल लेके कैमरे लग रहे, मैं इतनी की रोटी लेके अपने बच्चे की रोटी लेना, 5 मिनट नहीं हुए, कैमरा खुलवा के देख लो, मैं आखिर उरे भी खड़ी, चाह भी पिलाई, कैमरा देख लो, उथे भी मैं खड़ी, जब मेरी कोई बेगौरी होगी, बस वो परमात्मा मेरा बेड़ा गर्क कर दे, बस इससे, हाँ जी सारा देखिया जी, नहीं नहीं कोई नहीं थी, बाद चाहे जा लेके चले है ना, ज्यादा आया, ज्यादा भी नहीं पूछा, पे सट्टा लग गया के नहीं लग गया, इन्होंने नहीं पूछा है, मैं जद मैं पहुंचा, मैं चक्के उसने लेके सीधा हॉस्पिटल लेके गया, साफ नहीं कर मैडम, तुसी इत्थे कद आए सी, किन्नी देर तक आए सी, तुसी पहला वीडियो बना लियो, कोई नहीं पहला कुछ दस मादी, तुसी कुछ कहो, एक मिनट जी, तुसी वीडियो बना लियो, लेकिन दसो किन्नी देर तक पहुंचे सी तुसी, मैं तो जी 5 मिनट में पहुंच गई थी, 5 मिनट, हाँ जी हाँ जी, तो तुसी लै गए सी हॉस्पिटल, हॉस्पिटल जी मेरी गल सुन लो, मैं फोन करे अपने भाई जी नु, मैं कहा आजो छेती, आपा 32 में पहुंचे, उत्थे गए जी, उत्थे सानू बहुत कुछ बोलिया, यो बंदा खड़िया
ਮੈਨੂੰ ਪਤਾ ਕਿਆ ਕਹਿੰਦਾ ਤੂੰ ਜਾ ਤੇਰਾ ਬੱਚਾ ਜਿਆਦਾ ਜੀ ਸੱਚੀ ਲੱਗੇ ਫਿਰ ਅਸੀਂ ਬੱਤੀ ਮੈਂ ਗਏ ਇਹ ਖੜਾ ਸੱਬੂ ਝੂਠ ਨੀ ਬੋਲਣਾ ਮੈਂ ਕਿਹਾ ਸੱਬੂ ਪੁੱਤ ਮੈਂ ਰੋਈ ਮੇਰੇ ਘਰ ਵਾਲਾ ਰੋਇਆ ਅਸੀਂ ਬਹੁਤ ਜਿਆਦਾ ਰੋਏ ਹੈ ਠੀਕ ਹੈ ਰੋਏ ਆ ਉੱਥੇ ਜਾ ਕੇ ਕਸਮ ਲਗਾ ਮੈਂ ਰੋਈ ਸੱਬੂ ਖੜਾ ਮੈਂ ਉੱਥੇ ਜਾ ਕੇ ਰੋਈ ਮੇਰਾ ਆਦਮੀ ਰੋਇਆ ਸੁਣ ਲਓ ਜੀ ਗੱਲ ਸੁਣੋ ਬੱਤੀ ਮੈਂ ਪਹੁੰਚੀ ਮੈਂ ਸੁਣ ਲਓ ਉਹਨਾਂ ਨੇ ਇੱਕ ਮੁੱਛੜ ਵਾਲਾ ਬੰਦਾ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਉਹ ਖੜਾ ਸੱਬੂ ਲਾਇਆ ਨੀ ਹੈ ਕਦੇ ਸੁਣੋ ਹੱਥ ਨੀ ਲਾਇਆ ਕਿਉਂ ਨੀ ਦੇਖਿਆ ਤੈ ਬੱਤੀ ਮੈਂ ਪਹੁੰਚੀ ਉਰੇ ਬੱਚੇ ਨੂੰ ਕਿਉਂ ਨੀ ਦੇਖਿਆ ਗਿਰੇ ਮੈਂ ਦੇਖਿਆ ਮੈਂ ਦੌੜੀ ਮੈਂ ਦੇਖਿਆ ਜੀ ਨਹੀਂ ਨਹੀਂ ਜੀ ਤੋ ਕਿਆ ਹੋਇਆ ਜੀ ਮੈਂ ਬੱਤੀ ਮੈਂ ਕਿਹਾ ਮੁੰਡਾ ਪਤਾ ਕਿਆ ਕਹਿੰਦਾ ਇਹਨਾਂ ਦਾ ਰਿਸ਼ਤੇਦਾਰ ਕਹਿੰਦਾ ਜਾ ਕੇ ਨਹੀਂ ਜਾ ਉਰੇ ਤਾਂ ਸਕਿਉਰਟੀ ਬੁਲਾ ਦੂੰਗਾ ਸਕਿਉਰਟੀ ਉਹ ਗੱਲ ਹੋਈ ਜੀ ਬਾਕੀ ਮੇਰੇ ਤੋਂ ਇਹ ਮੈਂ ਦੱਸ ਦਿੰਦਾ ਉਹਨਾਂ ਨੇ ਹੱਥ ਨੀ ਲਾਇਆ ਉਹਨਾਂ ਨੇ ਇਹ ਕਹਿੰਦੇ ਕਿ ਸਾਨੂੰ ਟ੍ਰੀਟਮੈਂਟ ਕਰਾਉਣ ਦੋ ਵੀ ਤੁਸੀਂ ਚਲੇ ਜਾਓ ਕੋਈ ਹੱਥ ਨੀ ਲਾਇਆ ਜੀ ਕਿਉਂਕਿ ਸਾਡੇ ਵਾਸਤੇ ਉਸ ਟਾਈਮ ਬੱਚਾ ਜ਼ਰੂਰੀ ਸੀ ਸਾਰੇ ਮੁਹੱਲੇ ਵਾਲੇ ਹੀ ਤੁਹਾਡੇ ਖਿਲਾਫ ਹਾਂਜੀ ਮੇਰੇ ਖਿਲਾਫ ਨਹੀਂ ਹੋ ਜੀ ਮੈਂ ਸੱਚੀ ਬੋਲਦੀ ਹਾਂ ਇਹਨਾਂ ਨੂੰ ਝੂਠਾ ਲੱਗਦਾ ਬਸ ਇਹ ਸਾਰੇ ਝੂਠ ਬੋਲਦੇ ਆ ਤੁਸੀਂ ਸੱਚ ਬੋਲਦੇ ਮੈਂ ਕਹਿੰਦੀ ਮੈਨੂੰ ਨਹੀਂ ਪਤਾ ਉਹ ਪਰਮਾਤਮਾ ਨੂੰ ਪਤਾ ਬਸ ਉਹ ਪਰਮਾਤਮਾ ਨੂੰ ਸਰਬਜੋਤ ਹੁਣ ਆਮਣੇ ਸਾਹਮਣੇ ਨੇ ਮੁਹੱਲੇ ਵਾਲੇ ਤੇ ਦਿਨਾਂ ਦੇ ਘਰ ਰੈਨੋਵੇਸ਼ਨ ਚੱਲ ਰਹੀ ਸੀ ਤੁਸੀਂ ਸੁਣਿਆ ਕਿ ਆਪਸ ਦਾ ਜਿਹੜਾ ਵਿਵਾਦ ਹੈ ਲੇਕਿਨ ਇਹਦੇ ਵਿਚਾਲੇ ਨੁਕਸਾਨ ਜ਼ਰੂਰ ਹੋਇਆ ਰਜਨੀ ਦੀ ਉਂਗਲੀਆਂ ਕੱਟ ਗਈ ਸਰਜਰੀ ਹੋਈ ਹੈ ਦੂਜੇ ਪਾਸੇ ਉਹਨਾਂ ਦਾ ਬੇਟੇ ਦੇ ਕਾਫੀ ਸੱਟਾਂ ਵੱਜੀ ਹੈ ਲੇਕਿਨ ਤੀਜੇ ਪਾਸੇ ਇਹਨਾਂ ਦੀ ਆਪਸੀ ਕਹਿ ਸਕਦੇ ਹਾਂ ਕਿ ਇੱਕ ਦੂਜੇ ਤੇ ਇਲਜ਼ਾਮ ਜ਼ਰੂਰ ਲਾਉਂਦੇ ਨਜ਼ਰ ਆ ਰਹੇ ਲੇਕਿਨ ਸੀਸੀਟੀਵੀ ਬਹੁਤ ਕੁਝ ਕਹਿੰਦੀ ਹੈ ਸੀਸੀਟੀਵੀ ਬਹੁਤ ਕੁਝ ਕਹਿੰਦੀ ਹੈ ਕਿ ਕਿਸ ਤਰ੍ਹਾਂ ਇਹ ਪੂਰਾ ਵਾਕਿਆ ਹੋਇਆ ਘਟਨਾ ਹੋਈ ਹੈ ਇੱਕ ਵੱਡੀ ਲਾਪਰਵਾਹੀ ਕਹਿ ਸਕਦੇ ਹੈ ਕਿਸੇ ਤਰ੍ਹਾਂ ਦੀ ਕੋਈ ਪਰਮਿਸ਼ਨ ਨਹੀਂ ਸੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਤੁਸੀਂ ਲੜੋ ਨਾ ਕੋਈ ਗੱਲ ਤੇ ਕਈ ਚੀਜ਼ਾਂ ਨੇ ਇਹਨੂੰ ਵੇਖਦੇ ਹੋਏ ਹਾਲਾਂਕਿ ਪੁਲਿਸ ਇਹਦੇ ਵਿੱਚ ਮਾਮਲਾ ਤਾਂ ਦਰਜ ਕਰ ਲਿਆ ਸੀਗਾ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਕਿਉਂਕਿ ਪਰਮਿਸ਼ਨ ਨਹੀਂ ਸੀ ਪਰਮਿਸ਼ਨ ਦੇ ਨਾਲ ਇਹ ਜਿਹੜਾ ਕੰਮ ਚੱਲ ਰਿਹਾ ਸੀਗਾ ਬਾਉਂਡਰੀ ਵੀ ਨਹੀਂ ਕੀਤੀ ਹੋਈ ਸੀ ਕਿਉਂਕਿ ਪ੍ਰੋਟੋਕਾਲ ਦੇ ਹਿਸਾਬ ਨਾਲ ਜਿੱਥੇ ਵੀ ਕੋਈ ਰੈਨੋਵੇਸ਼ਨ ਚੱਲਦੀ ਹੈ ਜਾਂ ਕੰਸਟਰਕਸ਼ਨ ਚੱਲਦੀ ਹੈ ਤਾਂ ਬਾਉਂਡਰੀ ਕੀਤੀ ਜਾਂਦੀ ਹੈ ਕਿਸੇ ਤਰ੍ਹਾਂ ਦਾ ਕੋਈ ਰੈਨੋਵੇਸ਼ਨ ਚੱਲ ਰਿਹਾ ਕੋਈ ਘਟਨਾ ਹੋ ਜੇ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਸਖਤ ਕਿਹਾ ਗਿਆ ਹੈ ਕਿ ਜੇਕਰ ਕੋਈ ਰੈਨੋਵੇਸ਼ਨ ਚੱਲ ਰਹੀ ਹੈ ਜੇਕਰ ਕੋਈ ਕੰਸਟਰਕਸ਼ਨ ਚੱਲ ਰਹੀ ਹੈ ਤਾਂ ਤੁਸੀਂ ਪੂਰਾ ਪ੍ਰੋਟੋਕਾਲ ਦੇ ਹਿਸਾਬ ਨਾਲ ਕੰਮ ਕਰੋ ਲੇਕਿਨ ਨਹੀਂ ਸੀਗਾ ਔਰ ਜਿਸ ਕਰਕੇ ਇਹ ਘਟਨਾ ਹੋਈ ਜਿਸ ਕਰਕੇ ਵਾਰਦਾਤ ਹੋਈ ਜਿਸ ਕਰਕੇ ਕਹਿ ਸਕਦੇ ਕਿ ਨੁਕਸਾਨ ਹੋਇਆ ਬੇਟੇ ਤੇ ਮਾਂ ਦਾ ਤਾਂ ਹੁਣ ਦੇਖਣਾ ਹੋਵੇਗਾ ਪੁਲਿਸ ਇਹਦੇ ਵਿੱਚ ਕੀ ਕੰਮ ਕਰਦੀ ਹੈ ਹਾਲਾਂਕਿ ਮਾਮਲਾ ਦਰਜ ਕਰਕੇ ਇਹਦੇ ਵਿੱਚ ਕੀਤਾ ਸੀਗਾ ਜਿਹੜੇ ਮਕਾਨ ਮਾਲਿਕ ਨੇ ਉਹਨਾਂ ਨੇ ਵੀ ਆਪਣੀ ਗੱਲ ਰੱਖੀ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਹੋਈ ਸੀ ਲੇਕਿਨ ਇੱਕ ਗੱਲ ਤਾਂ ਹੈਗੀ ਹੈ ਕਿ ਲਾਪਰਵਾਹੀ ਜ਼ਰੂਰ ਹੈਗੀ ਇਹਦੇ ਵਿੱਚ।